ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਕਮਲ ਕੌਰ, ਸਵਾਗਤ ਹੈ ਤੁਹਾਡਾ ਕਮਲਸ ਪੰਜਾਬੀ ਹੋਮਲੀ ਰੈਸਿਪੀਜ਼ 'ਚ। ਅੱਜ ਮੈਂ ਸ਼ੇਅਰ ਕਰਨ ਲੱਗੀ ਹਾਂ ਆਟੇ ਅਤੇ ਤਾਜ਼ੀ ਮੇਥੀ ਦੇ ਨਾਲ ਬਣੀ ਹੋਈ ਬਹੁਤ ਹੀ ਜ਼ਿਆਦਾ ਟੇਸਟੀ ਮੱਠੀ ਦੀ ਰੈਸਿਪੀ। ਬਹੁਤ ਹੀ ਜ਼ਿਆਦਾ ਈਜ਼ੀ ਰੈਸਿਪੀ ਹੈ, ਕੋਈ ਵੀ ਬਣਾ ਸਕਦਾ ਹੈ ਇਹਨੂੰ। ਬਹੁਤ ਹੀ ਕਰੰਚੀ ਬਣਦੀ ਹੈ, ਆਹ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ, ਅਤੇ ਬਹੁਤ ਜ਼ਿਆਦਾ ਟੇਸਟੀ। ਸ਼ਾਮ ਦੀ ਚਾਹ ਦੇ ਨਾਲ ਖਾਣ ਨਾਲ ਤਾਂ ਮਜ਼ਾ ਹੀ ਆ ਜਾਂਦਾ ਹੈ। ਵੀਡੀਓ ਵਧੀਆ ਲੱਗੇ ਤਾਂ ਸਾਨੂੰ ਸ਼ੇਅਰ ਜ਼ਰੂਰ ਕਰਿਓ, ਅਤੇ ਜੇ ਤੁਸੀਂ ਮੇਰੇ ਚੈਨਲ 'ਤੇ ਨਏ ਹੋ, ਅੱਜ ਪਹਿਲੀ ਵਾਰ ਮੇਰਾ ਵੀਡੀਓ ਦੇਖ ਰਹੇ ਹੋ, ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਸਭ ਤੋਂ ਪਹਿਲਾਂ ਇੱਕ ਪੈਨ 'ਚ ਥੋੜ੍ਹਾ ਜਿਹਾ ਤੇਲ ਗਰਮ ਕਰੋ, ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਪੌਣੀ ਕੌਲੀ ਹਰੀ ਮੇਥੀ ਦੇ ਪੱਤੇ। ਸਿਰਫ ਪੱਤੇ ਲੈਣੇ ਆ, ਡੰਡੀਆਂ ਨਹੀਂ ਲੈਣੀਆਂ, ਡੰਡੀਆਂ ਕੌੜੀਆਂ ਹੁੰਦੀਆਂ ਥੋੜ੍ਹੀਆਂ ਜਿਹੀਆਂ। ਹੁਣ ਇਹਨਾਂ ਨੂੰ ਆਪਾਂ ਸਲੋ ਹੀਟ ਪਰ ਭੁੰਨ ਲਾਂਗੇ ਜਦ ਤੱਕ ਕਿ ਬਿਲਕੁਲ ਕੁਆਂਟਿਟੀ ਵਿੱਚ ਰਿਡਿਊਸ ਨਹੀਂ ਹੋ ਜਾਂਦੇ। ਉਸ ਤੋਂ ਬਾਅਦ ਠੰਡਾ ਕਰ ਲਓ। ਉਸ ਤੋਂ ਬਾਅਦ ਇੱਕ ਭਾਂਡੇ 'ਚ ਲਓ ਇੱਕ ਕੌਲੀ ਕਣਕ ਦਾ ਆਟਾ, ਨਾਲ ਪਾਵਾਂਗੇ ਆਪਾਂ ਇਹਦੇ ਵਿੱਚ 2 ਬੜੇ ਚਮਚੇ ਸੂਜੀ ਦੇ। ਉਸ ਤੋਂ ਬਾਅਦ 1 ਚਮਚਾ ਅਜਵੈਣ ਦਾ, ਐਵੇਂ ਹੱਥ 'ਚ ਥੋੜ੍ਹਾ ਜਿਹਾ ਮਲ ਕੇ ਪਾ ਦਿਓ। ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ 1/2 ਚਮਚ ਲਾਲ ਮਿਰਚ ਦਾ, 1/4 ਚਮਚ ਹਲਦੀ ਦਾ, ਅਤੇ ਉਸ ਤੋਂ ਬਾਅਦ 1/2 ਚਮਚ ਕਾਲੀ ਮਿਰਚ ਦਾ, ਅਤੇ ਲੂਣ ਪਾ ਦਿਓ। ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ 1/2 ਚਮਚੇ ਚਿੱਟੇ ਤਿਲ ਦੇ। ਤਿਲ ਜ਼ਰੂਰ ਪਾਇਓ, ਬਹੁਤ ਟੇਸਟੀ ਲੱਗਦੇ ਆ ਮੱਠੀ ਵਿੱਚ। ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਨਾਲ ਮਿਲਾ ਲੂੰਗੇ। ਉਸ ਤੋਂ ਬਾਅਦ ਮੇਥੀ ਪਾ ਦੂੰਗੇ ਆਪਾਂ, ਜੋ ਕਿ ਬਿਲਕੁਲ ਹੁਣ ਠੰਡੀ ਹੋ ਚੁੱਕੀ ਹੈ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ 2 ਬੜੇ ਚਮਚੇ ਬਿਲਕੁਲ ਗਰਮ ਗਰਮ ਤੇਲ ਦੇ। ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਇੱਕ ਵਾਰ ਚੰਗੀ ਤਰ੍ਹਾਂ ਨਾਲ ਚਮਚ ਨਾਲ ਮਿਲਾ ਲੂੰਗੇ। ਉਸ ਤੋਂ ਬਾਅਦ ਆਪਾਂ ਹੱਥ ਦਾ ਯੂਜ਼ ਕਰਦੇ ਹੋਏ ਚੰਗੀ ਤਰ੍ਹਾਂ ਨਾਲ ਇਹਨੂੰ ਮਿਲਾ ਲੂੰਗੇ ਪਹਿਲਾਂ। ਫਿਰ ਥੋੜ੍ਹਾ ਜਿਹਾ ਆਟਾ ਚੱਕ ਕੇ ਦੇਖਿਓ, ਇਸ ਤਰ੍ਹਾਂ ਮੁੱਠੀ 'ਚ ਬੰਨ ਹੋਣਾ ਚਾਹੀਦਾ ਆਟਾ। ਜੇ ਨਹੀਂ ਹੋ ਰਿਹਾ ਤਾਂ ਥੋੜ੍ਹਾ ਜਿਹਾ ਗਰਮ ਕਰਕੇ ਤੇਲ ਹੋਰ ਪਾ ਦਿਓ। ਉਸ ਤੋਂ ਬਾਅਦ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾਉਂਦੇ ਹੋਏ ਇੱਕ ਕੈੜਾ 'ਚ ਆਟਾ ਗੁੰਨ ਲਉਂਗੇ। ਪਾਣੀ ਥੋੜ੍ਹਾ ਥੋੜ੍ਹਾ ਕਰਕੇ ਪਾਇਓ, ਇੱਕ ਵਾਰ ਪਾਉਣ 'ਤੇ ਆਟਾ ਪਤਲਾ ਵੀ ਹੋ ਸਕਦਾ ਹੈ, ਆਪਾਂ ਨੂੰ ਕੈੜਾ ਚਾਹੀਦਾ ਆਟਾ। ਅਤੇ ਉਸ ਤੋਂ ਬਾਅਦ ਜਦ ਆਟਾ ਗੁੰਨ ਹੋ ਜੇ ਆਪਾਂ 10 ਮਿੰਟ ਦੇ ਲਈ ਢੱਕ ਕੇ ਰੱਖ ਦੂੰਗੇ। ਜਦ 10 ਮਿੰਟ ਹੋ ਜਾਣ, ਇੱਕ ਵਾਰ ਫਿਰ ਤੋਂ ਆਪਾਂ ਆਟੇ ਨੂੰ ਥੋੜ੍ਹਾ ਜਿਹਾ ਹੋਰ ਗੁੰਨ ਲਾਂਗੇ ਆਪਾਂ। ਤੁਸੀਂ ਦੇਖ ਸਕਦੇ ਹੋ ਕਿ ਆਟਾ ਬਹੁਤ ਕੈੜਾ ਹੈ, ਬਿਲਕੁਲ ਆਪਾਂ ਨੂੰ ਇਹੋ ਜਿਹਾ ਹੀ ਚਾਹੀਦਾ ਹੈ। ਉਸ ਤੋਂ ਬਾਅਦ ਇਹਨੂੰ 3 ਤੋਂ 4 ਹਿੱਸਿਆਂ 'ਚ ਆਪਾਂ ਡਿਵਾਈਡ ਕਰ ਲਉਂਗੇ। ਬਹੁਤ ਵਧੀਆ ਰੈਸਪੀ ਬਣਦੀ ਹੈ, ਤੁਸੀਂ ਹੁਣ ਤੱਕ ਦੇਖਿਆ ਹੀ ਹੋਣਾ ਕਿ ਕੋਈ ਜ਼ਿਆਦਾ ਸਮਾਨ ਵੀ ਨਹੀਂ ਪੈਂਦਾ ਇਹਦੇ ਵਿੱਚ। ਉਸ ਤੋਂ ਬਾਅਦ ਆਪਾਂ ਇੱਕ ਪਹਿਲਾਂ ਇਹਨੂੰ ਵਧੀਆ ਅਤੇ ਪੇੜਾ ਬਣਾ ਲਉਂਗੇ। ਉਸ ਤੋਂ ਬਾਅਦ ਆਪਾਂ ਇਹਨੂੰ ਵੇਲ ਲਾਂਗੇ, ਵੇਲਣ ਲੱਗੇ ਬਿਲਕੁਲ ਵੀ ਇਹਦੇ ਵਿੱਚ ਪਲੇਥਣ ਨਹੀਂ ਲਗਾਉਣਾ ਹੈਗਾ। ਇਹ ਬਹੁਤ ਆਸਾਨੀ ਨਾਲ ਐਕਣ ਵੇਲ ਹੋ ਜਾਂਦਾ, ਕੋਈ ਪ੍ਰੋਬਲਮ ਬਿਲਕੁਲ ਨਹੀਂ ਹੁੰਦੀ ਹੈਗੀ। ਇਹਨੂੰ ਆਪਾਂ ਥੋੜ੍ਹਾ ਜਿਹਾ ਪਤਲਾ ਜਿਹਾ ਵੇਲ ਲਉਂਗੇ। ਉਸ ਤੋਂ ਬਾਅਦ ਇੱਕ ਚਾਕੂ ਜਾਂ ਇਸ ਤਰ੍ਹਾਂ ਦੇ ਇੱਕ ਫੋਕ ਦੇ ਨਾਲ ਆਪਾਂ ਇਹਨੂੰ ਇਹਦੇ ਵਿੱਚ ਇਸ ਤਰ੍ਹਾਂ ਨਾਲ ਪ੍ਰਿਕ ਕਰ ਲਉਂਗੇ, ਤਾਂ ਕਿ ਜਦ ਆਪਾਂ ਇਹਨਾਂ ਨੂੰ ਕੱਟ ਕੇ ਤਲੀਏ ਤਾਂ ਫੁੱਲੇ ਨਾ। ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਟ ਕਰ ਲਉਂਗੇ, ਕਿਸੇ ਵੀ ਸ਼ੇਪ 'ਚ ਚਾਹੋ ਤਾਂ ਤੁਸੀਂ ਕੱਟ ਕਰ ਸਕਦੇ ਹੋ। ਅਤੇ ਮੈਂ ਤੁਹਾਨੂੰ ਹੁਣ ਦਿਖਾਉਂਦੀ ਹਾਂ ਕਿ ਇਹਦੀ ਥਿਕਨੈਸ ਕਿੰਨੀ ਕੁ ਹੋਣੀ ਚਾਹੀਦੀ ਹੈ, ਬਸ ਇੰਨੀ ਕੁ ਹੋਣੀ ਚਾਹੀਦੀ ਹੈ, ਨਾ ਜ਼ਿਆਦਾ ਨਾ ਘੱਟ। ਉਸ ਤੋਂ ਬਾਅਦ ਮੀਡੀਅਮ ਜੇ ਤੇਲ ਜਿਹੜਾ ਗਰਮ ਕਰਕੇ ਮੈਂ ਪਹਿਲਾਂ ਤੋਂ ਰੱਖਿਆ ਹੋਇਆ ਸੀ, ਉਹਦੇ ਵਿੱਚ ਆਪਾਂ ਮੀਡੀਅਮ ਟੂ ਲੋ ਹੀਟ ਰੱਖਦੇ ਹੋਏ ਵਧੀਆ ਅਤੇ ਉਲਟ ਪਲਟ ਕੇ ਇਹਨੂੰ ਕੁਰਕੁਰਾ ਜਿਹਾ ਤਲ ਲੂੰਗੇ। ਅਤੇ ਦੇਖੋ ਹੁਣ ਮੈਂ ਬਹੁਤ ਵਧੀਆ ਅਤੇ ਸਾਰੀਆਂ ਮੱਠੀਆਂ ਨੂੰ ਤਲ ਲਿਆ ਹੈ। ਉਸ ਤੋਂ ਬਾਕੀ ਜਿਹੜਾ ਆਟਾ ਬਚਿਆ ਹੋਇਆ ਸੀ, ਆਹੀ ਪ੍ਰੋਸੈਸ ਰਿਪੀਟ ਕਰਕੇ ਆਪਾਂ ਫਰਾਈ ਕਰ ਲੂੰਗੇ। ਅਤੇ ਦੇਖੋ ਹੁਣ ਆਪਣੀ ਮੱਠੀ ਬਣ ਕੇ ਤਿਆਰ ਹੈ। ਆਹ ਦੇਖੋ ਬਹੁਤ ਕਰੰਚੀ ਬਣਦੀ ਆ, ਆਹ ਬਹੁਤ ਟੇਸਟੀ। ਤੁਸੀਂ ਇੱਕ ਵਾਰ ਜੇ ਬਣਾ ਲਉਂਗੇ ਆ ਮੱਠੀ ਦੀ ਰੈਸਪੀ, ਤਾਂ ਤੁਸੀਂ ਦੇਖਣਾ ਹਮੇਸ਼ਾ ਹੀ ਇਸ ਤਰ੍ਹਾਂ ਹੀ ਬਣਾਉਂਗੇ।
ਅਤੇ ਘਰ ਦੀ ਬਣੀ ਹੋਈ ਚੀਜ਼ ਸ਼ਾਮ ਦੀ ਚਾਹ ਦੇ ਨਾਲ ਨਾਸ਼ਤੇ ਨਾਲ ਬਹੁਤ ਵਧੀਆ ਲੱਗਦੀ ਹੈਗੀ ਹੈ। ਜੇ ਤੁਸੀਂ ਮੇਰੀ ਆਹ ਰੈਸਪੀ ਟਰਾਈ ਕਰਦੇ ਹੋ ਤਾਂ ਕਮੈਂਟ ਵਿੱਚ ਦੱਸਿਓ ਮੈਨੂੰ ਜ਼ਰੂਰ ਕਿ ਤੁਹਾਡੀਆਂ ਮੱਠੀਆਂ ਕਿਵੇਂ ਦੀ ਬਣੀਆਂ। ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।